ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ? ਕਿੱਦਾਂ, ਠੀਕ ਠਾਕ ਹੋ ਸਾਰੇ? ਅਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ, ਹਮੇਸ਼ਾ ਖੁਸ਼ ਰਹੋ, ਮੌਜਾਂ ਮਾਣੋ, ਇੰਜੋਏ ਕਰੋ। ਅਤੇ ਇੱਧਰ ਵੇਖੋ ਗੁਰਫਤਿਹ ਸਿੰਘ ਕੀ ਕਰ ਰਹੇ ਹੋ? ਫਤਿਹ ਡੈਡੀ ਨੂੰ ਗੇਮ ਖੇਡਣਾ ਸਿਖਾ ਰਿਹਾ। ਫਤਿਹ ਦਾਦੂ ਨੂੰ ਸਿੱਖ ਲਈ? ਦਾਦੂ ਨੇ ਗੇਮ ਕਿਹਦੀ ਅਜੇ ਹੁੰਦੀ ਨਹੀਂ ਪਈ, ਅਤੇ ਸਿਖਾਏਗਾ ਕਿਵੇਂ ਦਾਦੂ ਨੂੰ? ਫਿਰ ਕੀ ਕੋਸ਼ਿਸ਼? ਫਤਿਹ ਕਹਿੰਦਾ ਮੈਂ ਕਰਨਾ ਤੇ ਪਿਆ ਕੋਸ਼ਿਸ਼। ਕੀ ਕੋਸ਼ਿਸ਼ ਕਰਦੇ ਪਿਓ? ਫਤਿਹ ਸੋਲਵ ਪਜ਼ਲ ਖੇਡ ਰਿਹਾ, ਸੋਲਵ ਕਰਦਾ ਪਿਆ। ਹੋ ਜਾਏਗਾ ਸੋਲਵ? ਅੱਛਾ, ਵਿਖਾਏ ਦੇ ਮੈਨੂੰ। ਪਜ਼ਲ ਚੱਲ ਰਹੇ ਨੇ, ਫਤਿਹ ਦੇ ਪਜ਼ਲ ਸੋਲਵ ਕਰਨਾ ਸਿਖਾ ਰਿਹਾ ਦਾਦੂ ਨੂੰ। ਅਤੇ ਫਿਰ ਦਾਦੂ ਦੋ ਵਾਰ ਸੋਲਵ ਕਰਨਗੇ। ਆਹ ਕੰਮ ਠੀਕ ਹੈ ਤੇਰਾ, ਹੈ ਨਾ? ਵੀ ਦਾਦੂ ਨੂੰ ਵੀ ਲਾ ਲਾ ਗੇਮ ਖੇਡਣ 'ਚ। ਫਤਿਹ ਨੇ ਕਰਤਾ ਪਜ਼ਲ ਸੋਲਵ। ਹਾਂਜੀ, ਸਵੀਟ ਕੋਰਨ ਬਣਾਉਣੇ, ਖਾਂਦੇ ਆ ਸਵੀਟ ਕੋਰਨ। ਦਾਦੀ ਮੰਮਾ ਦੇ ਟਾਈਮ ਸਿਰ ਹੀ ਸੌ ਗਈ ਯਾਰ। ਦਾਦੀ ਮੰਮਾ ਰੈਸਟ ਕਰ ਰਹੇ ਨੇ, ਏਸੀ ਦੇ ਵਿੱਚ ਤਾਂ ਅੱਗੇ ਨਾ ਨੀਂਦਰ ਆ ਜਾਂਦੀ। ਥੋੜ੍ਹੀ ਜਿਹੀ ਗਰਮੀ ਹੈ, ਥੋੜ੍ਹੇ ਦਿਨਾਂ ਨੂੰ ਹੋ ਜਾਏਗੀ, ਬਸ ਥੋੜ੍ਹੇ ਦਿਨ ਰਹਿ ਗਏ ਨੇ ਗਰਮੀ ਦੇ, ਫਿਰ ਆ ਜਾਣਗੇ ਵਧੀਆ ਵਧੀਆ ਸੋਹਣਾ ਜਿਹਾ ਮੌਸਮ, ਕੂਲ ਕੂਲ ਜਿਹਾ। ਫਿਰ ਏਸੀ ਨੂੰ ਕਰ ਦੇਣਗੇ ਬੰਦ, ਅਤੇ ਫਿਰ ਫੈਨ 'ਤੇ ਆ ਜਾਣਗੇ, ਫਿਰ ਹੌਲੀ ਹੌਲੀ ਫੈਨ ਵੀ ਬੰਦ ਹੋ ਜਾਂਦੀ, ਪੂਰੀ ਠੰਡ ਹੋ ਜਾਏਗੀ। ਕੀ ਲਿਆਈ ਤੇਰੀ ਮੰਮਾ? ਫਤਿਹ ਦਾਦੂ ਨੂੰ ਸੀਟ, ਫਤਿਹ ਦਾਦੂ ਨੂੰ ਸਿਖਾਉਣ ਡਿਆ ਜੀ ਪਜ਼ਲ। ਸਵੀਟ ਕੋਰਨ ਤੇ ਇੱਕ ਦੂਜਾ ਕੀ ਛੋਲੇ ਸੀਰਤ ਇਹ ਫਤਿਹ ਵਾਸਤੇ ਲਈ ਆਈਆਂ ਨੇ। ਫਤਿਹ ਸਵੀਟ ਕੋਰਨ ਖਾਂਦਾ ਨਾ, ਕਿਉਂ ਨਹੀਂ ਖਾਣਾ ਸਵੀਟ ਕੋਰਨ ਬੇਟਾ? ਹੁਣ ਜੁਕਾਮ ਲੱਗਾ ਨਾਲੇ। ਹਾਂ, ਨਾਲੇ ਕੰਮ ਠੀਕ ਨਹੀਂ ਹੋ ਰਿਹਾ। ਮੰਮੀ ਉੱਠੋ, ਮੰਮੀ ਉੱਠੋ, ਔਰ ਛਕੋ 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 ਸਵੀਟ ਕੋਰਨ। ਤੇ ਫਤਿਹ ਦੇ ਫਤਿਹ ਦੀ ਕੋਲੀ ਵੀ ਛੋਲੇ ਖਾ ਸਕਦੇ ਤੁਸੀਂ ਥੋੜੇ ਜਿਹੇ ਕੱਢ ਕੇ। ਇਹਨੇ ਉਬਲੇ ਛੋਲੇ ਖਾ ਰਹੇ ਆ, ਵਿੱਚ ਪਿਆਜ਼ ਪਾ ਕੇ ਤੇ ਥੋੜਾ ਜਿਹਾ ਉੱਤੇ ਖਾਣਾ। ਸੀਰਤ ਨਾ ਬੇਟਾ, ਗਲਤ ਗੱਲ ਯਾਰ, ਐਵੇਂ ਨਹੀਂ ਕਰੀਦਾ ਸੀਰਤ ਯਾਰ। ਜਦੋਂ ਆਪਣੀ ਚੀਜ਼ ਖਾ ਰਹੇ ਆ ਤੇ ਫਿਰ ਜਾਂ ਸ਼ੇਅਰ ਕਰੋ, ਠੀਕ ਨਹੀਂ ਨਾ ਡੈਡੀ। ਫਿਰ ਉਹ ਜਦੋਂ ਬਿਮਾਰ ਹੋਈਏ ਨਾ, ਮਾੜੇ ਮੋਟੇ ਪ੍ਰੋਬਲਮ ਹੋਏ ਤੇ ਫਿਰ ਇੱਕ ਦੂਜੇ ਦਾ ਜੂਠਾ ਨਹੀਂ ਖਾਈਦਾ ਹੁੰਦਾ। ਮਰਜੇ ਤੂੰ ਸੀਰਤ, ਬੇਟਾ ਤੈਨੂੰ ਬੋਲਿਆ ਵੀ ਜੂਠਾ ਨਹੀਂ ਖਾਣਾ। ਕਿੱਧਰ 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 ਨਹੀਂ ਰੋਸ ਗਈ ਫਤਿਹ? ਇੱਧਰ ਆ ਜਾ ਤੂੰ, ਰਹਿਣ ਦੇ, ਕੁਛ ਲੈਣ ਗਈ ਹੋਣੀ ਚੀਜ਼ ਆਪਣੀ, ਕੁਛ ਲੈਣ ਗਈ ਹੋਣੀ ਹੈ। ਸੜ ਜਾਂਦੀ ਹੈ ਫਤਿਹ, ਬੁਲਾਣ ਡਿਆ ਸੀ, ਜਲਦੀ ਆ ਜਾ, ਜੇ ਕੁਛ ਲੈਣ ਗਈ ਹੈ। ਠੀਕ ਹੈ, ਵੇਖ ਲਓ ਉਹਨੂੰ, ਵੇਖ ਲਓ। ਵੈਰੀ ਗੁੱਡ, ਸੀਰਤ ਰੁੱਸ ਗਈ ਹੈ ਤੇ ਟੈਚੀ ਲੈ ਕੇ ਤੁਰ ਪਈ ਆਪਣਾ, ਤੇ ਬਾਹਰ ਜਾਂਦੇ ਇਹਨੂੰ ਕੁੱਤਿਆਂ ਨੇ ਬਹਿ ਜਾਣਾ, ਤੇ ਇਹਦੀਆਂ ਲੱਤਾਂ ਲੁੱਤਾਂ ਵੱਢ ਦੇਣੀਆਂ ਨੇ ਕੇ। ਕੁੱਤੇ ਪਤਾ ਗਲੀ 'ਚ ਕਿੰਨੇ ਹੁੰਦੇ ਨੇ, ਆ ਜਾ ਮੇਰੇ ਬੱਚੇ, ਰੁੱਸੀ ਦਾ ਨੀ ਡਰਾਮਾ ਨੀ ਕਰਨਾ। ਤੇ ਫਿਰ ਤੂੰ ਮੰਮਾ ਨੂੰ ਪਹਿਲਾਂ ਹੀ ਕਹਿਣਾ ਸੀ, ਚੱਲ ਚੱਲ ਅੰਦਰ। ਇਹਦੇ ਕੀ ਪਾਈ ਫਿਰ ਨੀ ਬੈਗ, ਖਾਲੀ ਬੈਗ ਲੈ ਕੇ ਤੁਰ ਪਈ? ਕੀ ਹੋ ਰਿਹਾ ਹੈਂ? ਪ੍ਰੀਤਿਆ ਕੀ ਇਹਦੇ, ਚੱਲ ਫਿਰ ਲੈ ਕੇ ਚੱਲ। ਨਾਨੀ ਮੰਮਾ ਕੋਲ ਚੱਲੀ ਸੀ, ਕਿਧਰ ਚੜ ਗਏ ਬੱਸ ਤੇ? ਕੱਪੜੇ ਪਾਈ ਦੇ ਨੇ,
ਇੱਧਰ ਵੀ ਲੁਕੋਏ ਨੇ ਇਹਨਾਂ ਨੇ ਭਰੇ ਮੈਂ ਤਾਂ ਸਾਹਮਣੇ ਹੋਣਾ ਇਹਦੇ ਵਿੱਚ ਹੀ ਖਲਾਰ ਕੱਢਦੇ ਨੇ ਫਿਰ ਮੈਂ ਇਹਦੇ ਵਿੱਚ ਪਾ ਦਿੰਦਾ ਖਾ ਕਿਵੇਂ ਕਿਵੇਂ ਦਿਨ ਬੈਗ ਵੇਖੀ ਅੱਜ ਇਹਦੇ ਕੱਢ ਕੇ ਪਹਿਲਾਂ ਤੁਸੀਂ ਖਾ ਲਓ ਫਿਰ ਆਪਾਂ 2 ਮਿੰਟ ਬਾਅਦ ਉਹ ਖਾ ਦਿੰਨੇ ਆ ਪਹਿਲਾਂ ਤੁਸੀਂ ਖਾ ਲਓ ਚਲੋ ਪਹਿਲਾਂ ਸਵੀਟ ਕੋਨ ਖਾ ਲਈਏ ਗਾਇਸ ਫਿਰ ਆਪਾਂ ਵਿਖਾਣੇ ਆ ਤੁਹਾਨੂੰ ਬੈਗ ਗੁਰਸੀਰਤ ਦੇ ਕੀ ਪਾਇਆ ਇਹਨੇ ਤੇ ਰੋਸ ਕੇ ਚੱਲੀ ਸੀ ਮਾਮਿਆਂ ਪਿੰਡ ਬੈਗ ਲੈ ਕੇ ਕਮਲੀ ਔਕਾ ਹੀ ਹਨਾ ਵਿਖਾਣੇ ਆ ਤੁਹਾਨੂੰ ਇਹਨਾਂ ਦੇ ਬੈਗ ਸਾਰੇ ਕਿੰਨੇ ਕੁ ਬੈਗ ਨੇ ਦੇਖੋ ਪਰਸ ਬੈਗ ਕੀ ਹੁੰਦਾ ਵਿਖਾਣੇ ਆ ਤੁਹਾਨੂੰ ਹੁਣੇ ਕਾਲੀਏ ਪਹਿਲਾਂ ਸਵੀਟ ਕੋਨ ਆ ਜਾਓ ਖਾਈਏ ਫਿਰ ਮਿਲਦੇ ਖੋਲਣ ਲੱਗੇ ਨੇ ਆਪਣੇ ਪਰਸਾਂ ਦਾ ਪਟਾਰਾ ਪਤਾ ਨਹੀਂ ਕੀ ਰੱਖਿਆ ਬਈ ਕਈ